ਬਹੁਤ ਵੱਡਾ ਕਤਲ ਸੀ ਪੰਜਾਬੀ ਇੰਡਸਟਰੀ ਦਾ। ਪੰਜਾਬੀ ਮਾਂ ਬੋਲੀ ਨੂੰ ਬਹੁਤ ਧੱਕਾ ਸੀ, ਕਿਉਂਕਿ ਬਹੁਤ ਵਧੀਆ ਐਕਟਰ ਸੀ ਦਵਿੰਦਰ। ਇੱਕ ਸਮੇਂ ਦੇ ਵਿੱਚ ਉਹਦੇ ਨਾਮ ਦੀ ਦੋਤੀ ਬੋਲਦੀ ਸੀ ਜੀ, ਤਾਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਅਤੇ ਇਵੇਂ ਜੇ ਆਪਾਂ ਗੱਲ ਕਰਦੇ ਹਾਂ ਚਮਕੀਲੇ ਦੀ, ਕਿਉਂਕਿ ਹੁਣ ਗੱਲ ਚੱਲ ਪਈ ਹੈ, ਕਿਉਂਕਿ ਜਿਵੇਂ ਚਮਕੀਲਾ ਇੱਕ ਚੜ੍ਹਦਾ ਸਟਾਰ ਸੀ, ਉਹਦੇ ਕਤਲ ਦੇ ਪਿੱਛੇ ਦੀਪਾ ਹੀਰਾਂ ਵਾਲਿਆਂ ਦਾ ਨਾਮ ਲੱਗਾ ਸੀ। ਬਿਲਕੁਲ, ਸੋ ਉਹਦੇ ਬਾਰੇ ਵੀ ਤੁਸੀਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਬਿਲਕੁਲ ਕੀਤੀ ਹੈ ਜੀ। ਤੁਸੀਂ ਇਹ ਕਿਹਾ ਉਸ ਵੀਡੀਓ ਦੇ ਵਿੱਚ ਕਿ ਦੀਪਾ ਹੀਰਾਂ ਵਾਲਾ ਅਤੇ ਉਹਦੇ ਭਰਾ ਤਿੰਨੋਂ ਜਿਹੜੇ ਇੱਕ ਨੀਚ ਦਰਜ ਦੇ ਲੋਕ ਸੀ, ਤੁਸੀਂ ਕਿਸੇ 'ਤੇ ਇਹੋ ਜਿਹਾ ਇਲਜ਼ਾਮ ਲਾਉਣ ਤੋਂ ਪਹਿਲਾਂ ਸੋਚਦੇ ਕਿਉਂ ਨਹੀਂ ਲੈ ਕਿ ਵੀ ਤੁਹਾਡੇ ਕੋਲ ਕੋਈ ਸਬੂਤ ਨਹੀਂ, ਕੁਛ ਨਹੀਂ, ਤੁਸੀਂ ਸ਼ਰਿਆਮ ਔਨਲਾਈਨ ਆ ਕੇ ਇਹੋ ਜਿਹਾ ਕਿਉਂ ਕਹਿ ਦਿੰਦੇ ਹੋ? ਸੁਣੋ ਗੱਲ, ਸੁਣੋ ਗੱਲ, ਧਿਆਨ ਦੇ ਨਾਲ ਮੇਰੀ ਗੱਲ ਪੂਰੀ ਹੋ ਜਾਣੀ, ਧਿਆਨ ਦੇ ਨਾਲ ਸੁਣ ਲਿਓ। ਸੁਣ ਰਿਹਾ ਜੀ, ਜਿਹੜਾ ਦੀਪਾ ਹੇਰਾਂ ਵਾਲਾ ਸੀਗਾ, ਇੱਕ ਪੰਜਾਬ ਦੇ ਵਿੱਚ ਬੰਦਾ ਸੀਗਾ, ਭਾਗਾ ਕਰਕੇ ਨਾਂ ਸੀ ਉਹਦਾ। ਅੱਛਾ ਜੀ, ਉਹ ਫਿਲਮ ਵੇਚਦਾ ਸੀ, ਉਸ ਬੰਦ ਬਲੈਕੀਆ ਸੀ। ਠੀਕ ਹੈ ਜੀ। ਦੀਪਾ ਹੇਰਾਂ ਵਾਲੇ ਨੇ ਅਸਲੇ ਦੇ ਜ਼ੋਰ ਤੇ ਉਹਦੀਆਂ ਕੁੜੀਆਂ ਦੇ ਨਾਲ ਸੰਬੰਧ ਬਣਾਏ ਸੀ, ਇਹ ਸੱਚ ਹੈ। ਅੱਛਾ ਜੀ, ਬਲੈਕੀਆ ਦੀਆਂ ਕੁੜੀਆਂ ਨਾਲ? ਬਲੈਕੀ ਦੀ ਪੁਣਿਆ ਨਾ, ਇਹ ਸੱਚ ਹੈ ਜੀ, ਔਨਲਾਈਨ ਤਿਆਰ ਗੋਡ ਤੇ ਹੈ ਜੀ। ਠੀਕ ਹੈ ਜੀ। ਦੂਜੀ ਗੱਲ, ਉਹਦਾ ਭਰਾ ਬੱਚਾ, ਉਹਦਾ ਨਾਂ ਹੈਗਾ ਜੰਗ ਬਹਾਦਰ, ਉਹ ਏਰੀਆ ਰਹਿੰਦਾ। ਅੱਛਾ ਜੀ। ਉਹਦੇ ਤਿੰਨ ਵਿਆਹ ਨੇ ਭਾਜੀ, ਪਹਿਲਾ ਵਿਆਹ ਉਹਦਾ ਹੁੰਦਾ ਜਰਮਨ ਵਿੱਚ, ਦੂਜਾ ਹੁੰਦਾ ਇੰਗਲੈਂਡ ਵਿੱਚ, ਤੀਜਾ ਹੁੰਦਾ ਇੰਡੀਆ ਵਿੱਚ, ਜਿੱਥੇ ਰਹਿ ਰਿਹਾ ਇਸ ਵਕਤ ਤੋਂ ਜੀ। ਜਿਹੜੀਆਂ ਦੋ ਇੰਗਲੈਂਡ ਦੇ ਵਿੱਚ ਤੇ ਜਰਮਨ ਦੇ ਵਿੱਚ ਉਹਦੀਆਂ ਘਰ ਵਾਲੀਆਂ ਨੇ, ਉਹਨਾਂ ਕੋਲ ਜਵਾਕ ਹੈਗੇ ਆ, ਠੀਕ ਹੈ ਨਾ। ਗੱਲ ਇਹ, ਉਹਨਾਂ ਤੋਂ ਧੋਖਾ ਦੇ ਕੇ ਆਇਆ, ਓਕੇ, ਇੰਡੀਆ ਵਿੱਚ ਬੈਠਾ ਇਸ ਵਕਤ, ਠੀਕ ਆ। ਠੀਕ ਹੈ। ਤੀਜਾ ਤੀਜਾ ਜਿਹੜਾ ਭਰਾ ਹੈਗਾ ਪਾਲਾ, ਉਹ ਬੈਠਾ ਕੈਨੇਡਾ ਦੇ ਵਿੱਚ। ਅੱਛਾ ਜੀ। ਜਦੋਂ ਉਹ ਵੈਨਕੂਵਰ ਕਿਸੇ ਕੁੜੀ ਨੂੰ ਘਰ ਦੇ ਵਿੱਚ ਦੇਖਣ ਵਾਸਤੇ ਗਿਆ, ਮੈਰਿਜ ਕਰਾਉਣ ਵਾਸਤੇ ਜੀ, ਉਹਨਾਂ ਕੁੜੀਆਂ ਨੂੰ ਪਤਾ ਲੱਗ ਗਿਆ ਵੀ ਇਹਦਾ ਦਿੱਤੇ ਦਾ ਭਰਾ ਹੈ। ਅੱਛਾ ਜੀ। ਤੇ ਉਹਨਾਂ ਕੁੜੀਆਂ ਨੇ ਟੇਬਲ ਤੇ ਪਹਿਲੀ ਚਾਹ ਚੱਕ ਲਈ ਤੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਕਿ ਤੂੰ ਬਾਹਰ ਨਿਕਲ। ਤਾਂ ਦੇਖੋ ਜੀ, ਕਿਉਂਕਿ ਦੇਖੋ ਜੇ ਕਿਸੇ ਦਾ ਭਰਾ ਗਲਤ ਹੈ, ਮਤਲਬ ਇਹ ਥੋੜ੍ਹਾ ਜਿਹਾ ਬੰਦਾ ਵੀ ਗਲਤ ਹੋਵੇਗਾ। ਤੁਸੀਂ ਪਾਲਾ ਜਿਹੜਾ ਕਹਿ ਰਹੇ ਹੋ ਕੈਨੇਡਾ ਦੇ ਵਿੱਚ, ਹੋ ਸਕਦਾ ਉਹ ਬਹੁਤ ਚੰਗਾ ਬੰਦਾ ਹੋਵੇ, ਭਰਾ ਤਾਂ ਗਲਤ ਕਿਸੇ ਦਾ ਵੀ ਹੋ ਸਕਦਾ, ਭਰਾ ਕਿਸੇ ਦਾ ਵੀ ਚੰਗਾ ਹੋ ਸਕਦਾ, ਮਾੜਾ ਹੋ ਸਕਦਾ। ਭਾਈ ਸਾਹਿਬ ਜੀ, ਜਿਹਦੇ ਘਰ ਸ਼ਹੀਦ ਪੈਦਾ ਹੋਇਆ ਹੋਵੇ, ਤੁਸੀਂ ਸ਼ਹੀਦ ਬਣਾਇਆ ਨਾ, ਦਿੱਤੇ ਨੂੰ ਬਣਾਇਆ ਹੋਇਆ ਨਾ ਲੋਕਾਂ ਨੇ, ਠੀਕ ਹੈ, ਉਹਦਾ ਸਾਰੇ ਪਰਿਵਾਰ ਦੇ ਆਵਾ ਉੱਚਾ ਹੋ ਰਿਹਾ, ਅਗਲੀ ਕੁੜੀਆਂ ਨੇ ਕਿਹੜੇ ਸੀਗਾ। ਬੂਟਾ ਸਿੰਘ ਜੀ, ਗੱਲ ਇਹ ਹੈਗੀ ਆ ਕਿ ਮੈਨੂੰ ਇਹ ਤੁਹਾਡੇ ਜਿਹੜੇ ਦੋਸ਼ ਆ ਜੋ ਤੁਸੀਂ ਲਾ ਰਹੇ ਹੋ, ਜੋ ਇਲਜ਼ਾਮ ਲਾ ਰਹੇ ਹੋ, ਸੱਚੀ ਮੁੱਚੀ ਦੱਸਾਂ ਤਾਂ ਅਜੇ ਤੱਕ ਕੋਈ ਕ੍ਰੈਡੀਬਲ ਸੋਰਸ ਨਹੀਂ ਹੈਗਾ ਜਿੱਥੋਂ ਅਸੀਂ ਇਹ ਪੁਸ਼ਟੀ ਕਰ ਸਕੀਏ ਕਿ ਤੁਸੀਂ ਜੋ ਇਲਜ਼ਾਮ ਲਾ ਰਹੇ ਹੋ ਇੱਕ ਸੱਚ ਹੈ।